ਹਾਂ ਜੀ ਵੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ, ਸਤਿ ਸ਼੍ਰੀ ਅਕਾਲ ਹੋ ਗਈ ਅਤੇ ਕਿੱਦਾਂ ਸਾਰੇ ਠੀਕ ਠਾਕ? ਆਪਾਂ ਸਾਰੇ ਨਜ਼ਾਰੇ ਲੈਂਦੇ ਵਧੀਆ ਚਿੱਲ ਅਤੇ ਪਹਾੜੀ ਖੇਤਰ ਜਾਏ। ਵੈਸੇ ਵਲੋਗ ਬਣਾਉਂਦਾ ਕੋਈ ਮਕਸਦ ਤਾਂ ਹੈ ਨਹੀਂ ਖਾਸ, ਬਟ ਜਿੱਦਾਂ ਦੇ ਇੱਥੇ ਹਾਲਾਤ ਪੁਜੀਸ਼ਨ ਹੋ ਗਈ ਆ ਬਣਾਉਣਾ ਪੈ ਗਿਆ। ਅਤੇ ਚਲੋ ਤੁਹਾਨੂੰ ਦੱਸਦੇ ਹਾਂ ਆਪਾਂ ਕਿੱਦਾਂ ਕੀ ਹਿਸਾਬ ਕਿਤਾਬ। ਆਪਾਂ ਪਹੁੰਚਿਆ ਜੀ, ਤੁਸੀਂ ਪਿੱਛੇ ਲੋਕੇਸ਼ਨ ਦੇਖੋ ਪਹਿਲਾਂ ਗੱਡੀ ਘੈਂਟ, ਇੱਧਰ ਵੀ ਨਿਗਾਹ ਮਾਰ ਲਓ, ਬਾਅਦ 'ਚ ਬੈਕ ਕੈਮਰਾ ਕਰਕੇ ਦਿਖਾਉਣਾ। ਹੁਣ ਤੁਸੀਂ ਦੇਖ ਸਕਦੇ ਹੋ ਇੱਧਰ ਅੱਗੇ ਦੀ ਲੋਕੇਸ਼ਨ ਦੇਖੋ ਕਿੱਦਾਂ ਆਹ ਆਪਣਾ ਚੋਬਰ ਨਹਾ ਰਿਹਾ। ਇਹ ਦੱਸਾਂਗੇ ਹੁਣ ਤੁਹਾਨੂੰ ਕਿ ਇੱਥੇ ਚੱਕਰ ਕੀ ਬਣ ਗਿਆ। ਇੱਕ ਚੋਬਰ ਇੱਧਰ ਨਹਾ ਰਿਹਾ ਭਲਵਾਨ ਸਾਹਿਬ, ਇੱਦਾਂ ਹੀ ਸਭ ਸੀਨ ਆ। ਅਤੇ ਬਾਕੀ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ, ਗੱਡੀ ਬੰਬ। ਅਤੇ ਇਹਦਾ ਮਕਸਦ ਵਲੋਗ ਬਣਾਉਂਦਾ ਗਿੱਲਾ ਜੀ, ਦੱਸੋ ਕੀ ਵਿਚਾਰ ਤੁਹਾਡੇ ਇੱਥੋਂ ਦੇ ਬਾਰੇ? ਇੱਥੇ ਸੀਨ ਪਤਾ ਕੀ ਹੋ ਗਿਆ ਬਾਬੇ, ਅਸੀਂ ਆ ਗਏ ਨਹਾਉਣ, ਸਾਨੂੰ ਪਤਾ ਸੀਗਾ ਵੀ ਪਾਣੀ ਬਹੁਤ ਠੰਡਾ, ਠੀਕ ਆ, ਪਰ ਇੰਨਾ ਸੋਚਿਆ ਨਹੀਂ ਵੀ ਹੱਦ ਤੋਂ ਵੱਧ ਕੀ ਠੰਡਾ ਹੋਊਗਾ। ਭੈਣ ਦੀ ਟੰਗ ਹੋ ਗਈ ਇੱਥੇ ਆ ਕੇ, ਤਾਂ ਮੈਂ ਨਹਾਲਿਆ ਸਭ ਤੋਂ ਪਹਿਲੀਆਂ 'ਚ, ਅਤੇ ਇਹਨਾਂ ਦਾ ਹੁਣ ਜੀ ਤਾਂ ਕਰਦਾ ਨਹੀਂ ਬਿਲਕੁਲ ਵੀ, ਬਸ ਸ਼ਰਮ ਸ਼ਰਮੀ ਨਹਾਉਣ ਦੇ। ਜੇ ਇਹ ਨਾ ਨਹਾਤੇ ਤਾਂ ਮੈਂ ਇਹਨਾਂ ਨੇ ਜੀਨ ਨਹੀਂ ਦੇਣਾ, ਜਿੰਨੇ ਦਿਨ ਨਹਾਤੇ ਨਹੀਂ ਉਹਨਾਂ ਦਿਨ ਮੈਂ ਇਹਨਾਂ ਨੂੰ ਜੀਨ ਨਹੀਂ ਦੇਣਾ। ਯਾਰ ਮੈਂ ਠੰਡੇ ਪਾਣੀ 'ਚ ਮਰ ਰਿਹਾ, ਇਹ ਹੁਣ ਕਿਵੇਂ ਬਚ ਜਾਣਗੇ? ਗੇਲੇ ਗੇਲੇ ਸ਼ਰਤ ਲਾਈਏ, ਪੰਜ ਪੰਜ ਸੌ ਦੀ ਲਾਈਏ, 5 ਮਿੰਟ ਪਾਣੀ 'ਚ ਬੈਠਣਾ ਬਸ। ਨਹੀਂ ਭਾਈ ਨਾ, ਇਹ ਕੰਮ ਨਹੀਂ ਕਰਨਾ। ਮਾਸੀ ਦਾ ਮੁੰਡਾ ਨੀ, ਸ਼ਰਤ ਲਾਈਏ 5-5 ਸੌ ਜਾਂ ਚੱਲ ਤੇਰੇ ਮਾਫ, ਮੈਂ ਤੈਨੂੰ ਦਊਂਗਾ 500 ਰੁਪਇਆ ਜਦੋਂ 5 ਮਿੰਟ ਠੰਡੇ ਪਾਣੀ 'ਚ ਬਹਿ ਜੇ। ਕਿਹਨੂੰ ਭਾਵਾਂ? ਜਿਹੜਾ ਮਰਜ਼ੀ ਬਹਿ ਜਾਓ, ਆਫਰ ਆਫਰ ਦਿੱਤੀ ਤੁਹਾਨੂੰ ਅੱਜ 500 ਰੁਪਈਏ ਦੀ, ਬੋਲੋ ਕੋਈ 500 ਰੁਪਈਏ ਦੀ ਆਫਰ ਆ, ਸਾਰੇ ਦੇ ਸਾਰੇ ਸ਼ਾਂਤ ਬੈਠ। ਆਹੋ ਮੂੰਹ ਛੱਡ ਕੇ ਹੀ ਤੇ ਹੋਰ ਮੂੰਹ ਮਾਮਾ, ਤੁਸੀਂ ਸਾਹ ਨਹੀਂ ਲੈਣਾ ਜੇ ਕਿੱਦਾਂ? ਟਾਈਮ ਹਜੇ ਹੋਇਆ ਗਾ 2-3 ਵਜੇ ਆਉਣਾ, 3 ਵਜੇ ਆਉਣਾ ਜੀ ਸਾਡੇ ਬੰਦੇ ਨੇ। ਅਤੇ ਇੱਥੇ ਆਪਾਂ ਕਾਫੀ ਟਾਈਮ ਦੇ ਚੱਲਦੇ ਪਏ ਹਾਂ ਤਾਂ ਕਰਕੇ ਵਲੋਗ ਨਹੀਂ ਆ ਰਹੇ, ਕਿਉਂਕਿ ਥੋੜ੍ਹਾ ਜਿਹਾ ਸਫ਼ਰ ਆ ਇੱਥੇ, ਆਪਣੀ ਨੀਂਦ ਹੀ ਨਹੀਂ ਪੂਰੀ ਹੁੰਦੀ, ਇਕੱਲੇ ਇਕੱਲੇ ਅਸੀਂ ਹੈਗੇ ਹਾਂ ਤਾਂ ਕਰਕੇ ਵਲੋਗ ਨਹੀਂ ਮੇਰੇ ਤੋਂ ਬਣਦੇ। ਜਦੋਂ ਆਪਾਂ ਉੱਧਰ ਫਿਰ ਉੱਧਰਲੇ ਸਾਈਡ ਚੱਲ ਗਏ ਫਿਰ ਵਲੋਗ ਬਣਾਇਆ ਕਰਾਂਗੇ। ਅਤੇ ਅਸੀਂ ਦੇਖ ਸਕਦੇ ਹਾਂ ਕਿੱਦਾਂ ਕੀ ਹਿਸਾਬ ਕਿਤਾਬ ਆ। ਤੌਲੀਏ ਸਾਡੇ ਮੋਢੇ 'ਤੇ ਮੈਂ ਲਿਆ ਪਹਿਲਾਂ ਨਾ, ਇਹੋ ਪਰ ਅਜੇ ਚੋਜ ਜੇ ਕਰੀ ਜਾਂਦੇ, ਬਟ ਨਾਤਾ ਮੈਂ ਵੀ ਦੱਸਾਂ ਬੜਾ ਮੇਰਾ ਜੀ ਨਹੀਂ ਸੀ ਕਰਦਾ, ਤਾਂ ਮੈਂ ਕੱਪੜੇ ਧੋਂਦਾ ਸੀ ਨਾ, ਕੱਪੜੇ ਧੋਂਦੇ ਬਾਅਦ ਜੋ ਸਿਰ 'ਚ ਪਾਣੀ ਪਾਇਆ, ਸਿਰ ਪਹਿਲਾਂ ਨਹਾਤਾ ਫਿਰ ਪੈਰ ਧੋਤੇ, ਫਿਰ ਮੈਂ ਇਰਾਦਾ ਹੀ ਛੱਡੀਏ ਫਿਰ ਚੱਲੀਏ, ਅੱਜ ਫਿਰ ਨਹਾਉਣਾ ਹੀ ਪੈ ਗਿਆ। ਫਿਰ ਮੈਂ ਕਿਹਾ ਚੱਲ ਹੁਣ ਸਵਾਦ ਜਿਹਾ ਵਾਹਵਾ ਆ ਰਿਹਾ ਅਤੇ ਨਹਾ ਹੀ ਲਈਏ। ਇਹ ਨਾ ਸੋਚੋ ਕਿ ਰੇਲਵੇ ਦਾ ਪੁਲ ਆ, ਇਹ ਉੱਧਰੋਂ ਬਜਰੀ ਲੈ ਕੇ ਆਉਂਦੇ ਆ, ਇੱਥੇ ਕੰਮ ਚੱਲਦਾ ਜੀ। ਇੱਥੇ ਬਣਦਾ ਪਿਆ ਡੈਮ ਉਹ ਸਾਈਡ 'ਤੇ, ਇੱਥੇ ਬੱਤੀ ਬਣਾਇਆ ਕਰਨੀ ਆ ਅਤੇ ਡੈਮ ਬਣਦਾ ਪਿਆ 2002 ਤੋਂ ਬਣਦਾ ਪਿਆ, ਪਤਾ ਹੀ ਨਹੀਂ ਕਿੰਨੀਆਂ ਕੰਪਨੀਆਂ ਭੱਜ ਗਈਆਂ ਕਿੰਨੀਆਂ ਆ ਗਈਆਂ ਇੱਥੇ। ਬਾਕੀ ਤੁਸੀਂ ਇੱਥੇ ਟੂਰਿਸਟ ਬਹੁਤ ਆਉਂਦੇ ਆ, ਲੋਕ ਚਿੱਲ ਕਰਦੇ ਆ, ਫਨ ਕਰਦੇ ਆ ਉਹਦਾ। ਬਾਕੀ ਦਾਰੂ ਬੜੀ ਲੋਕ ਪੀਂਦੇ ਭੈਣ ਚੁੱਜ, ਤੁਸੀਂ ਬੋਤਲਾਂ ਚੈੱਕ ਕਰ ਹੀ ਸਕਦੇ ਹੋ, ਹੈ ਨਹੀਂ ਇੱਧਰ ਨਹੀਂ ਹੈਗਾ ਮੇਰੇ ਕੋਲ ਤੇਲ ਨਹੀਂ ਹੈਗਾ। ਅਤੇ ਵਧੀਆ ਸੀਨ ਆ, ਬਾਕੀ ਲੋਕੇਸ਼ਨ ਬਹੁਤ ਬੰਬ ਆ ਯਾਰ, ਲੋਕੇਸ਼ਨ ਤੁਸੀਂ ਦੇਖ ਸਕਦੇ ਕਿੱਡਾ ਵਧੀਆ ਸੀਨ ਆ। ਅਤੇ ਆਹੀ ਬਸ ਇੰਨੀ ਕੁ ਛੋਟੀ ਜਿਹੀ ਗੱਲ ਸੀ। ਗੇਲੇ ਆਫਰ ਮਨਜ਼ੂਰ ਆ? ਵੇਖ ਲਾ ਯਾਰ, ਇੱਦਾਂ ਨਾ ਕਰ ਯਾਰ, ਇੱਦਾਂ ਨਾ ਕਰ। ਉਹ ਬਾਅਦ ਚੱਕ ਲਈ ਸਾਬਣ ਸੂਬਣ ਜਾਂ ਬੁਰਸ਼ੀ ਇੱਥੇ ਪਏ ਮੇਰੇ ਖਿਲਰੇ ਪਏ, ਪਹੁੰਚ ਜਾਂਦੇ ਹਾਂ। ਮੈਂ ਵੀਡੀਓ ਬਣਾਉਣੀ ਆ ਜੇ ਇੱਕ ਗੇਲੇ ਸ਼ਾਇਰੀ ਵਾਲੀ ਵੀਡੀਓ ਬਣਾਈ ਆ। ਇਹ ਵਲੋਗ ਛੋਟਾ ਹੀ ਰਹੂ ਮਿੱਤਰੋ, ਜ਼ਿਆਦਾ ਵੱਡਾ ਨਹੀਂ ਹੈਗਾ। ਉਹ ਬੇੜੀ ਫਿਰਦੀ ਜੇ, ਅਸੀਂ ਵਲੋਗ ਨਹੀਂ ਬਣਾਇਆ ਕਰਨਾ ਯਾਰ, ਇੱਥੇ ਟਾਈਮ ਨਹੀਂ ਹੈਗਾ, ਗੇਲੇ ਐਡੀਟਿੰਗ 'ਤੇ ਬੜਾ ਟਾਈਮ ਲੱਗ ਜਾਂਦਾ ਭੈਣ ਦੀ, ਤੰਗ ਹੋ ਜਾਂਦਾ ਇੱਕ ਨਾਲ। ਐਡੀਟਿੰਗ ਕਿੱਥੇ ਕਰਨੀ ਆ? ਸੋਣਾ ਨਹੀਂ ਗਾ ਸਾਰਾ, ਹੁਣ ਤਾਂ ਮੈਂ ਰਹਿ ਹੀ ਇਕੱਲਾ ਗਿਆ, ਗੱਡੀ ਨਹੀਂ ਚਲਾਉਣੀ, ਕੱਲ੍ਹ ਦੇਖਿਆ ਕਰਾਂਗੇ ਕੋਸ਼ਿਸ਼। ਇਹ ਆਪਾਂ ਹੈਗੇ ਹਾਂ ਜੀ ਚਾਈਨਾ, ਇੱਥੋਂ ਰਹਿ ਜਾਂਦਾ 25 ਕਿਲੋਮੀਟਰ ਚਾਈਨਾ ਦਾ ਬਾਰਡਰ, ਅਰੁਣਾਚਲ ਪ੍ਰਦੇਸ਼ ਹੈ ਇਸ ਟਾਈਮ, ਹੈਗੇ ਜੀ ਅਰੁਣਾਚਲ ਪ੍ਰਦੇਸ਼ ਦੇ ਵਿੱਚ।
ਇਹ ਵੱਖਰੀ ਸਟੇਟ ਪੈਂਦੀ ਆਪਣੀ, ਮਤਲਬ ਜਿੱਦਾਂ ਪੰਜਾਬ ਹੋ ਗਿਆ, ਬਾਰਡਰ ਟੱਪਣਾ ਪੈਂਦਾ ਗਾ ਅਤੇ ਉੱਥੇ ਐਂਟਰੀਆਂ ਹੁੰਦੀਆਂ, ਆਰਮੀ ਹੁੰਦੀ ਆ, ਵਧੀਆ ਇੱਥੇ ਸੀਨ ਹੈਗਾ। ਇੱਥੇ ਚਾਈਨਾ ਡੈਮ ਬਣਦਾ ਪਿਆ ਅਤੇ ਆਪਾਂ ਇੱਥੇ ਲੈ ਕੇ ਆਉਂਦੇ ਹਾਂ ਜੀ ਸੀਮੈਂਟ, ਅਤੇ ਅੱਗੇ ਨਾਲ ਹੀ ਚਾਈਨਾ ਇੱਥੋਂ ਰਹਿ ਜਾਂਦਾ ਬਸ ਥੋੜ੍ਹਾ ਹੀ 25 ਕਿਲੋਮੀਟਰ ਆ। ਪਹਾੜੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਫਰੰਟ 'ਤੇ ਮੈਂ ਸਾਹਮਣੇ, ਉਹ ਪਹਾੜੀਆਂ ਪਾਰ ਕਰਕੇ ਅਗਲੇ ਬੰਨੇ ਹੈਗਾ ਉਹ ਡੈਮ। ਉਹ ਡੈਮ ਤਾਂ ਇੱਥੇ ਬਣਦਾ ਪਿਆ ਹੈਗਾ, ਸੋਰੀ ਇੱਥੇ ਨਾ ਇਹਨਾਂ ਨੇ ਬਣਾਉਣਾ ਕਿ ਬੱਤੀ ਵਾਲਾ ਸਿਸਟਮ ਬਣਾਉਣਾ ਵਾ, ਸੁਰੰਗਾਂ ਟਨਲਸ ਬਣ ਰਹੀਆਂ, ਮੇ ਬੀ 18-19 ਟਨਲਸ ਆ ਜਿਹੜੀਆਂ ਬਣਦੀਆਂ ਪਈਆਂ ਗੀਆਂ, ਮੇਡ ਕਰੀ ਜਾਂਦੇ ਗੇ ਉਹਨਾਂ ਦੇ ਵਿੱਚ ਦੀ ਚਾਈਨਾ ਵਾਲੇ ਬੰਨੇ। ਉਹ ਪਾਣੀ ਆਊਗਾ ਵਿੱਚ ਅਤੇ ਬਰਫ਼ ਖੁਰ ਖੁਰ ਕੇ ਪਾਣੀ ਆਉਣਾ, ਪਾਣੀ ਤਾਂ ਹੀ ਬਹੁਤ ਜ਼ਿਆਦਾ ਠੰਡਾ ਆ, ਬਾਹਲੇ ਮਾਈਨਸ 'ਚ ਸਮਝ ਲਓ ਇਹਦਾ ਠੰਡਾ, ਇੰਨਾ ਠੰਡਾ ਹੈਗਾ, ਫਰੀਜ਼ ਆ ਪੂਰਾ। ਇੱਕ ਆਪਾਂ ਨੋਰਮਲ ਬੰਦਾ, ਜਿਹੜੇ ਬੰਦੇ 'ਚ ਕੋਈ ਜ਼ਿਆਦਾ ਤਾਕਤ ਨਹੀਂ ਨਾ ਹੋਊਗੀ, ਨੋਰਮਲ ਬੰਦੇ ਨੂੰ ਇਹਦੇ ਵਿੱਚ ਵਾੜਦਾ ਉਹਦੀਆਂ ਹੱਡੀਆਂ ਜਾਮ ਹੋ ਜਾਣਗੀਆਂ। ਸੋ ਕਿੱਦਾਂ ਲੱਗਾ ਦੱਸਿਓ, ਜੇ ਮੌਕਾ ਮਿਲ ਗਿਆ ਮੈਂ ਅੱਗੇ ਵੀ ਬਣਾ ਲੂੰਗਾ, ਨਹੀਂ ਤਾਂ ਫਿਰ ਇੱਥੇ ਹੀ ਐਂਡ ਸਮਝਿਓ।